ਦਾ ਮੈਡਲ ਹੈ। ਹਾਂਜੀ, ਕਿਵੇਂ ਮੈਨੂੰ ਲੱਗ ਰਿਹਾ? ਮੈਂ ਦੱਸ ਨਹੀਂ ਸਕਦੀ, ਬਿਆਨ ਨਹੀਂ ਕਰ ਸਕਦੀ ਸ਼ਬਦਾਂ ਕਿ ਮੇਰੀ ਪਹਿਲੀ ਕਾਮਨਵੈਲਥ ਸੀ ਅਤੇ ਮੈਂ ਬਹੁਤ ਕੌਨਫੀਡੈਂਟ ਸੀ ਕਿ ਮੈਂ ਮੈਡਲ ਲਊਂਗੀ ਅਤੇ ਮੈਨੂੰ ਅੱਜ ਬਹੁਤ ਹੀ ਪ੍ਰਾਊਡ ਫੀਲ ਹੋ ਰਿਹਾ ਆ ਅਤੇ ਮੈਂ ਮਤਲਬ ਬਹੁਤ ਹੀ ਖੁਸ਼ ਹਾਂ ਕਿ ਮੇਰੇ ਮਾਂ ਪਿਓ ਨੇ ਮੇਰੇ ਪਿੱਛੇ ਇੰਨੀ ਮਿਹਨਤ ਕੀਤੀ ਅਤੇ ਮੈਂ ਅੱਜ ਫਾਈਨਲੀ ਆਪਣੀ ਪਹਿਲੀ ਕਾਮਨਵੈਲਥ 'ਚ ਆਪਣੇ ਆਪ ਨੂੰ ਪ੍ਰੂਫ ਕੀਤਾ। ਲਾਸਟ ਤੱਕ ਫਾਈਟ ਹੈ ਜਿਹੜੀ ਸਾਡੇ ਨਾਲ ਚੱਲੀ ਹੈ ਨਿਊਜ਼ੀਲੈਂਡ ਦੀ। ਹਾਂਜੀ, ਔਰ ਨਿਊਜ਼ੀਲੈਂਡ ਦੇ ਜਿਹੜੇ ਥਰੋਅਰ ਨੇ ਤੁਸੀਂ ਦੇਖਿਆ ਹੋਣਾ ਸ਼ਾਰਟ ਪੁੱਟ 'ਚ ਵੀ ਕਾਫੀ ਹੈਵੀ ਨੇ, ਕਿੱਦਾਂ ਲੱਗ ਰਿਹਾ ਸੀ ਉਦੋਂ? ਮੈਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਉਹ ਨਿਊਜ਼ੀਲੈਂਡ ਦੀ ਲੜਕੀ ਮਤਲਬ ਮੇਰੇ ਤੋਂ ਕਾਫੀ ਬੈਟਰ ਆ, ਪਰ ਮੇਰਾ ਧਿਆਨ ਸਿਰਫ ਮੈਡਲ 'ਤੇ ਸੀਗਾ ਅਤੇ ਕਾਫੀ ਟਫ ਫਾਈਟ ਸੀ, ਪਰ ਮੈਂ ਲਾਸਟ ਮੂਮੈਂਟ ਤੱਕ ਇਹੋ ਸੋਚਦੀ ਰਹੀ ਕਿ ਚਲੋ ਮੈਡਲ ਮੈਂ ਘਰ ਮੈਂ ਉਹ ਲੈ ਕੇ ਜਾਊਂਗੀ ਅਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਸਾਡੇ ਪੰਜਾਬੀਆਂ ਲਈ, ਇੱਕ ਬਹੁਤ ਵੱਡੀ ਅਚੀਵਮੈਂਟ ਆ ਮੈਂ ਸੋਚਦੀ ਹਾਂ। ਕਾਮਨਵੈਲਥ 'ਚ ਮੇਰਾ ਪਹਿਲਾ ਮੈਡਲ ਆ ਅਤੇ ਮੈਂ ਮੈਂ ਅੱਗੇ ਵੀ ਏਸ਼ੀਅਨ ਗੇਮਸ 'ਚ ਵੀ ਆਪਣੇ ਆਪ ਨੂੰ ਵਧੀਆ ਪ੍ਰੂਫ ਕਰਨਾ। ਪਰਸਨਲ ਬੈਸਟ ਹੈ? ਨਹੀਂ, ਮੇਰਾ ਪਰਸਨਲ ਬੈਸਟ ਨਹੀਂ ਆ, ਮੈਂ ਪਰਸਨਲ ਬੈਸਟ 59 ਮੀਟਰ ਸੀਗਾ ਅਤੇ ਥੋੜ੍ਹਾ ਕੰਪੀਟੀਸ਼ਨ ਦਾ ਪ੍ਰੈਸ਼ਰ ਸੀਗੀ, ਥੋੜ੍ਹਾ ਨਰਵਸਨੈਸ ਸੀਗਾ ਫਸਟ ਟਾਈਮ ਕਰਕੇ, ਇੰਨਾ ਕਰਾਊਡ ਸੀ ਅਤੇ ਫਿਰ ਕਾਫੀ ਲੋਕਾਂ ਨੂੰ ਉਮੀਦਾਂ ਵੀ ਸੀ ਮੇਰੇ ਤੋਂ ਅਤੇ ਮੈਂ ਉਸ ਉਮੀਦਾਂ 'ਤੇ ਖਰੀ ਉਤਰੀ, ਮੇਰੇ ਲਈ ਬਹੁਤ ਮਾਣ ਦੀ ਗੱਲ। ਅੱਛਾ, ਅੱਗੇ ਹੁਣ ਏਸ਼ੀਅਨ ਗੇਮਸ ਵੀ ਆ ਰਹੀ ਹੈ। ਹਾਂਜੀ ਬਿਲਕੁਲ, ਕਿਵੇਂ ਲੱਗਦੇ ਸੀ? ਮੈਂ ਆਪਣੇ ਆਪ ਨੂੰ ਹੋਰ ਵਧੀਆ ਪ੍ਰੀਪੇਅਰ ਕਰੂੰਗੀ ਅਤੇ ਮੈਂ ਮੈਡਲ ਬਹੁਤ ਹੋਰ ਵੀ ਵਧੀਆ ਮੈਡਲ ਲੈਣ ਦੀ ਕੋਸ਼ਿਸ਼ ਕਰੂੰਗੀ ਉੱਥੇ ਅਤੇ ਮੈਂ ਮੇਰੀ ਬਸ ਹੁਣ ਆਉਣ ਵਾਲੀ ਏਸ਼ੀਅਨ ਗੇਮਸ ਦੀ ਮੈਂ ਚੰਗੀ ਤਿਆਰੀ ਕਰਕੇ ਉਸ 'ਚ ਵੀ ਇਸੇ ਤਰ੍ਹਾਂ ਮੈਡਲ ਲੈ ਕੇ ਜਾਊਂਗਾ। ਅਰਲੀ 20s ਦੇ ਵਿੱਚੋਂ ਤੁਸੀਂ ਏਜ ਦਾ ਫੈਕਟਰ ਦੇ ਲੰਬਾ ਕਰੀਅਰ ਹੈ ਜਿਹੜਾ ਤੁਹਾਡੇ ਅੱਗੇ ਆ, ਕਿਵੇਂ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਿਆ? ਮੈਂ ਇਹ ਮੈਨੂੰ ਮੇਨਟੇਨ ਮੇਰੇ ਮਾਂ ਪਿਓ ਨੇ, ਜਿੱਦਾਂ ਮੇਰੇ ਫਾਦਰ ਸਾਹਿਬ ਨੇ, ਮੇਰੇ ਬ੍ਰਦਰ ਨੇ, ਉਹ ਕਾਫੀ ਮੈਨੂੰ ਬੂਸਟ ਅਪ ਕਰਦੇ ਰਹਿੰਦੇ ਨੇ ਅਤੇ ਉਹਨਾਂ ਦੀ ਮਿਹਨਤ ਸਦਕਾ ਮੈਂ ਇੱਥੋਂ ਤੱਕ ਪਹੁੰਚ ਸਕੀ ਹਾਂ ਅਤੇ ਮੈਂ ਇਹ ਸੋਚ ਰਹੀ ਹਾਂ ਕਿ ਇਹ ਸਿਰਫ ਮੇਰੇ ਲਈ ਇੱਕ ਪਹਿਲਾ ਕਦਮ ਹੈ ਜਿਹੜਾ ਕਿ ਸੀਨੀਅਰ 'ਚ ਮੈਡਲ ਲੈਣਾ, ਇੱਕ ਬਹੁਤ ਵੱਡੀ ਉਪਲਬਧੀ ਹੈ ਮੇਰੇ ਲਈ, ਬਹੁਤ ਵਧੀਆ ਐਕਸਪੀਰੀਅੰਸ ਆ ਅਤੇ ਮੈਂ ਇਹਨੂੰ ਇਸੇ ਤਰ੍ਹਾਂ ਮੇਨਟੇਨ ਕਰਕੇ ਅੱਗੇ ਵੀ ਵੱਧ ਕੇ ਮੈਂ ਹੋਰ ਵਧੀਆ ਮੈਡਲ ਲਵਾਂਗੀ। ਕਿਹਨੂੰ ਡੈਡੀਕੇਟ ਕਰਦੇ ਹੋ? ਆਪਣੇ ਬ੍ਰਦਰ ਨੂੰ ਅਤੇ ਆਪਣੇ ਫਾਦਰ ਨੂੰ। ਰੀਜ਼ਨ? ਉਹਦਾ ਰੀਜ਼ਨ ਇਹ ਆ ਕਿ ਪਿਛਲੇ ਕੁਛ ਮਹੀਨਿਆਂ ਤੋਂ ਮੈਂ ਮਤਲਬ ਲਾਸਟ ਨੈਸ਼ਨਲ ਗੇਮ ਨੈਸ਼ਨਲ ਚੈਂਪੀਅਨਸ਼ਿਪ 'ਚ ਬਹੁਤ ਮਾੜੀ ਥਰੋ ਲਾਈ ਸੀਗੀ ਅਤੇ ਮੇਰੇ ਬ੍ਰਦਰ ਨੇ ਮੈਨੂੰ ਬਹੁਤ ਹੀ ਬੂਸਟ ਅਪ ਕੀਤਾ ਅਤੇ ਮੇਰੇ ਨਾਲ ਖੜਿਆ ਰਿਹਾ। ਮੈਂ ਜਦੋਂ ਹੀ ਅਪਸੈਟ ਹੁੰਦੀ ਹਾਂ ਮੇਰੇ ਫਾਦਰ ਸਾਹਿਬ, ਮੇਰੇ ਬ੍ਰਦਰ, ਖਾਸ ਕਰਕੇ ਮੇਰਾ ਬ੍ਰਦਰ ਮੇਰੇ ਨਾਲ ਮੇਰੇ ਢਾਲ ਬਣ ਕੇ ਖੜਿਆ ਰਿਹਾ ਅਤੇ ਮੈਂ ਇਸ ਕਰਕੇ ਆਪਣੀ ਜਿਹੜੀ ਇਹ ਦਿੱਤੇ ਆ ਆਪਣੇ ਮਾਂ ਪਿਓ ਨੂੰ ਅਤੇ ਬ੍ਰਦਰ ਨੂੰ ਡੈਡੀਕੇਟ ਕਰਦੀ ਹਾਂ। ਅੱਛਾ, ਅੱਜ ਰਾਤ ਦਾ ਮਾਹੌਲ ਕਿਵੇਂ ਦਾ ਰਹੇਗਾ ਸਾਡਾ? ਮੈਨੂੰ ਨਹੀਂ ਲੱਗਦਾ ਕਿ ਅੱਜ ਰਾਤ ਮੈਨੂੰ ਨੀਂਦ ਵੀ ਆਊਗੀ ਕਿਉਂਕਿ ਇਹ ਮੇਰੇ ਲਈ ਇੱਕ ਕਾਮਨਵੈਲਥ ਗੇਮ ਖੇਡਣਾ ਮੇਰੇ ਲਈ ਇੱਕ ਸੁਪਨਾ ਸੀਗਾ। ਜਦ ਮੈਂ ਪਹਿਲੇ ਦਿਨ ਇੱਥੇ ਆਈ ਤਾਂ ਮੈਨੂੰ ਬਹੁਤ ਵਧੀਆ ਫੀਲ ਹੋਇਆ, ਫਿਰ ਮੈਨੂੰ ਸੀਗਾ ਕਿ ਮੇਰੀ ਪਹਿਲੀ ਕਾਮਨਵੈਲਥ ਹੈ, ਜੇ ਮੇਰਾ ਮੈਡਲ ਆ ਜਾਂਦਾ ਆ ਤਾਂ ਮੇਰੇ ਲਈ ਇੱਕ ਬਹੁਤ ਵਧੀਆ ਮੇਰੇ ਲਈ ਰਸਤੇ ਖੁੱਲ੍ਹ ਜਾਂਦੇ ਆ ਅਤੇ ਮੈਂ ਅੱਗੇ ਵੀ ਆਪਣੇ ਆਪ ਨੂੰ ਵਧੀਆ ਮੇਨਟੇਨ ਕਰ ਪਾਊਂਗੀ ਕਿਉਂਕਿ ਜਿੱਦਾਂ ਕਿ ਸਾਡਾ ਮੇਨ ਟਾਰਗੇਟ ਟੋਕੀਓ 2020 ਰਹੂਗਾ, ਬਿਲਕੁਲ ਉੱਥੇ ਫਿਰ ਮੈਂ ਮੈਡਲ ਜਿੱਤਣ ਦੀ ਕੋਸ਼ਿਸ਼ ਕਰਾਂਗੀ। ਕੀ ਐਕਸਪੈਕਟੇਸ਼ਨ ਕਰਦੇ ਹੋ ਪਹਿਲੀਆਂ ਕਾਮਨਵੈਲਥ ਗੇਮਸ ਦਾ, ਬੈਕ ਹੋਮ ਜਾ ਕੇ ਵੈਲਕਮ ਦੇ ਪੱਖੋਂ ਜਾਂ ਰੀਹੈਬ ਦੇ ਪੱਖੋਂ ਜਾਂ ਕੈਸ਼ ਪ੍ਰਾਈਜ਼ ਦੇ ਪੱਖੋਂ, ਇਸ ਤਰ੍ਹਾਂ ਕੋਈ ਕੀ ਐਕਸਪੈਕਟੇਸ਼ਨ? ਐਕਸਪੈਕਟੇਸ਼ਨ ਤਾਂ ਵੇਖੋ ਹੁਣ ਕਾਫੀ ਆ ਕਿਉਂਕਿ ਜਦੋਂ ਮੇਰਾ 2014 ਜੂਨੀਅਰ ਵਰਲਡ 'ਚ ਮੈਡਲ ਸੀਗਾ ਉਦੋਂ ਵੀ ਮੇਰਾ ਬਹੁਤ ਹੀ ਵਧੀਆ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ ਸੀਗਾ ਅਤੇ ਹੁਣ ਮੈਂ ਸੋਚਦੀ ਹਾਂ ਕਿ ਸ਼ਾਇਦ ਉਹ ਹੁਣ ਇਹ ਕਾਮਨਵੈਲਥ ਗੇਮਸ ਨੇ ਅਤੇ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਨੇ। ਮੈਂ ਹੋਪ ਕਰਦੀ ਹਾਂ ਕਿ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਸਾਡੇ ਵੱਲ ਇੱਥੇ ਧਿਆਨ ਦੇਵੇ ਅਤੇ ਉਹ ਵੇਖੇ ਕਿ ਸਾਡੇ ਪੰਜਾਬ ਦਾ ਮੈਡਲ ਆਇਆ ਜਾਂ, ਅਤੇ ਮੈਂ ਆਸ ਕਰਦੀ ਹਾਂ ਕਿ ਹੁਣ ਮੈਨੂੰ ਕਾਫੀ ਸਪੋਰਟ ਮਿਲੂਗੀ। 68 ਮੀਟਰ ਹੈ ਜਿਹੜਾ ਅੱਜ ਦਾ ਰਿਕਾਰਡ ਬਣਿਆ। ਜੀ ਬਿਲਕੁਲ, ਕਾਮਨਵੈਲਥ ਗੇਮਸ ਤੱਕ ਕਾਫੀ ਜ਼ਿਆਦਾ ਸਾਡੀ ਕੋਲ ਸਟਰੈਂਥ ਹੋ ਗਈ, ਕਾਫੀ ਜ਼ਿਆਦਾ ਮੇਰਾ ਕੀ ਲੱਗਦਾ? ਦੇਖੋ 68 ਮੀਟਰ ਇੱਕ ਬਹੁਤ ਵੱਡੀ ਰੇਂਜ ਆ, ਮੈਂ ਪ੍ਰੈਕਟਿਸ 'ਚ ਕਾਫੀ ਚੰਗੀ ਥਰੋ ਕਰਦੀ ਆਉਂਦੀ ਹਾਂ, ਥੋੜ੍ਹਾ ਜਿਹਾ ਪ੍ਰੈਸ਼ਰ ਹੋਣ ਕਰਕੇ ਪਰਫੋਰਮੈਂਸ ਨਹੀਂ ਆ ਸਕੀ, ਪਰ ਮੈਂ ਇਹ ਸੋਚਦੀ ਹਾਂ ਕਿ ਜੇ ਮੈਂ ਇਸ ਮਾਹੌਲ ਦੇ ਵਿੱਚ ਇੰਨਾ ਵਧੀਆ ਪਰਫੋਰਮ ਕਰ ਸਕਦੀ ਹਾਂ ਅਤੇ ਅੱਗੇ ਜਾ ਕੇ ਮੈਂ ਹੋਰ ਵੀ ਸ਼ਾਇਦ 68 ਮੀਟਰ ਲਈ ਕੋਈ ਵੱਡੀ ਗੱਲ ਨਹੀਂ ਆ ਮੇਰੇ ਲਈ। ਆਲ ਦਾ ਬੈਸਟ। ਥੈਂਕ ਯੂ ਜੀ, ਥੈਂਕ ਯੂ ਸੋ ਮਚ।